ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਰਬਿੰਦਰਪਾਲ ਥੋੜੇ ਦਿਨਾਂ ਤੱਕ ਬ੍ਰਿਕਸ ਸੰਮੇਲਨ ਹੋਣ ਵਾਲਾ ਹੈ ਤੇ ਇਸ ਸੰਮੇਲਨ ਦੀ ਮੇਜ਼ਬਾਨੀ ਇਸ ਵਾਰ ਚਾਈਨਾ ਵੱਲੋਂ ਕੀਤੀ ਜਾ ਰਹੀ ਹੈ ਤੇ ਇਹ ਸੰਮੇਲਨ ਵਰਚੁਅਲ ਤਰੀਕੇ ਨਾਲ ਹੋਵੇਗਾ ਤੇ 23 ਤੇ 24 ਜੂਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸ ਸੰਮੇਲਨ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕੀਤਾ ਜਾਵੇਗਾ ਤੇ ਇਸ ਦਰਮਿਆਨ ਹੀ ਕਈ ਮੁਲਕਾਂ ਦੀ ਯਾਨੀ ਕਿ G7 ਮੁਲਕਾਂ ਦੀ ਇੱਕ ਅਹਿਮ ਬੈਠਕ ਜਰਮਨੀ ਦੇ ਵਿੱਚ ਵੀ ਇਸ ਸੰਮੇਲਨ ਤੋਂ ਬਾਅਦ ਹੋਵੇਗੀ ਤੇ ਦੱਸਿਆ ਜਾ ਰਿਹਾ ਹੈ ਕਿ 24 ਫਰਵਰੀ ਤੋਂ ਬਾਅਦ ਲਗਾਤਾਰ ਰੂਸ ਵੱਲੋਂ ਜੋ ਹਮਲੇ ਨੇ ਉਹ ਯੂਕਰੇਨ ਉੱਤੇ ਕੀਤੇ ਜਾ ਰਹੇ ਨੇ ਅਤੇ ਇਹਨਾਂ ਹਮਲਿਆਂ ਦੇ ਦਰਮਿਆਨ ਹੀ ਯੂਕਰੇਨ ਦੇ ਕਾਫੀ ਜ਼ਿਆਦਾ ਲੋਕ ਜੋ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਨੇ ਉਹਨਾਂ ਵੱਲੋਂ ਹਿਜਰਤ ਕੀਤੀ ਗਈ ਹੈ ਉੱਥੋਂ ਪਲਾਇਨ ਕੀਤਾ ਗਿਆ ਹੈ ਅਤੇ ਰੂਸ ਦੇ ਇਹਨਾਂ ਹਮਲਿਆਂ ਉੱਤੇ ਪਾਬੰਦੀਆਂ ਨੂੰ ਲੈ ਕੇ ਅਮੈਰੀਕਾ ਵੱਲੋਂ ਵੀ ਕਈ ਸਾਰੇ ਕਦਮ ਉਠਾਏ ਗਏ ਨੇ ਅਤੇ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਅਤੇ ਚੀਨ ਨੇ ਰੂਸ ਦੇ ਇਹਨਾਂ ਹਮਲਿਆਂ ਦੇ ਖਿਲਾਫ ਲਿਆਂਦੇ ਗਏ ਇੱਕ ਮਤੇ ਦੇ ਉੱਤੇ ਵੋਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਰੂਸ ਤੋਂ ਦੋਵੇਂ ਦੇਸ਼ ਚੰਗਾ ਆਯਾਤ ਵੀ ਕਰਦੇ ਨੇ ਅਤੇ ਇਸ ਦਰਮਿਆਨ ਹੀ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਨੇ ਵੀ ਇੱਕ ਚੇਤਾਵਨੀ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਕਰ ਦਿੱਤੀ ਹੈ ਅਤੇ ਇਹ ਚੇਤਾਵਨੀ ਕਿਸ ਨੂੰ ਦਿੱਤੀ ਗਈ ਹੈ ਅਤੇ ਇਹ ਚੇਤਾਵਨੀ ਕਿਸ ਬਾਰੇ ਹੈ ਜਾਣਦੇ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਦੀ ਚੇਤਾਵਨੀ ਫੌਜੀ ਸਬੰਧਾਂ ਦੇ ਵਿਸਤਾਰ ਖਿਲਾਫ ਦਿੱਤੀ ਚੇਤਾਵਨੀ ਚੀਨ ਕਰ ਰਿਹਾ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਨੇ ਰੂਸ ਭਾਰਤ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਸੀਨੀਅਰ ਆਗੂਆਂ ਨਾਲ ਵਰਚੁਅਲ ਸਿਖਰ ਸੰਮੇਲਨ ਤੋਂ ਪਹਿਲਾਂ ਫੌਜੀ ਸਬੰਧਾਂ ਦੇ ਵਿਸਤਾਰ ਖਿਲਾਫ ਚੇਤਾਵਨੀ ਦੇ ਦਿੱਤੀ ਹੈ ਚਾਈਨਾ ਇਸ ਵਾਰ ਬ੍ਰਿਕਸ ਦੀ ਉੱਭਰ ਰਹੀ ਅਰਥ ਵਿਵਸਥਾ ਦੇ ਪ੍ਰਭਾਵਸ਼ਾਲੀ ਕਲੱਬ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ ਜੋ ਦੁਨੀਆ ਦੀ ਕੁੱਲ ਆਬਾਦੀ ਦਾ 40 ਤੋਂ ਜ਼ਿਆਦਾ ਤੇ ਵਿਸ਼ਵ ਦੀ GDP ਦਾ ਤਕਰੀਬਨ 1/4 ਹਿੱਸਾ ਬਣਦਾ ਹੈ ਹੋਰਨਾਂ ਦੇਸ਼ਾਂ ਦੀ ਸੁਰੱਖਿਆ ਦੀ ਕੀਮਤ ਤੇ ਸੁਰੱਖਿਆ ਨੂੰ ਦਿੱਤੀ ਚੇਤਾਵਨੀ ਬ੍ਰਿਕਸ ਦੇ 3 ਮੈਂਬਰ ਦੇਸ਼ਾਂ ਚੀਨ ਭਾਰਤ ਅਤੇ ਅਫਰੀਕਾ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੀ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਮਤੇ ਉੱਤੇ ਵੋਟਿੰਗ ਤੋਂ ਪਰਹੇਜ਼ ਕੀਤਾ ਸੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਨੇ ਬ੍ਰਿਕਸ ਵਪਾਰ ਮੰਚ ਤੋਂ ਯੂਰਪੀ ਸੰਕਟ ਦਰਮਿਆਨ ਫੌਜਾਂ ਦਾ ਵਿਸਤਾਰ ਕਰਨ ਤੇ ਹੋਰਨਾਂ ਦੇਸ਼ਾਂ ਦੀ ਸੁਰੱਖਿਆ ਦੀ ਕੀਮਤ ਉੱਤੇ ਆਪਣੇ ਦੇਸ਼ ਦੀ ਸੁਰੱਖਿਆ ਦੀ ਮੰਗ ਦੇ ਖਿਲਾਫ ਚੇਤਾਵਨੀ ਦਿੱਤੀ ਹੈ ਪੁਤਿਨ ਦੇ ਨਾਲ ਸ਼ੀ ਜਿੰਗਪਿੰਗ ਦੇ ਕਿਸ ਤਰ੍ਹਾਂ ਦੇ ਰਿਸ਼ਤੇ ਚੀਨ ਅਤੇ ਭਾਰਤ ਦੇ ਰੂਸ ਨਾਲ ਕਾਫੀ ਮਜ਼ਬੂਤ ਫੌਜੀ ਸੰਬੰਧ ਨੇ ਤੇ ਇਸ ਦੀ ਵੱਡੀ ਮਾਤਰਾ ਵਿੱਚ ਤੇਲ ਅਤੇ ਗੈਸ ਦੇ ਖਰੀਦਦਾਰ ਵੀ ਇਹ ਦੋਵੇਂ ਦੇਸ਼ ਨੇ ਬੀਤੇ ਹਫ਼ਤੇ ਜਿੰਗਪਿੰਗ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਵੀ ਇਹ ਭਰੋਸਾ ਦਿੱਤਾ ਸੀ ਕਿ ਚੀਨ ਦੀ ਪ੍ਰਭੂਸੱਤਾ ਤੇ ਸੁਰੱਖਿਆ ਦੇ ਮਾਮਲੇ ਦੇ ਵਿੱਚ ਮਾਸਕੋ ਦੇ ਮੂਲ ਹਿੱਤਾਂ ਦਾ ਚਾਈਨਾ ਸਮਰਥਨ ਕਰੇਗਾ ਤੇ ਉੱਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਇਹ ਚੀਨ ਦਾ ਗਲਤ ਪੱਖ ਹੈ ਤੇ ਦੱਖਣੀ ਅਫਰੀਕਾ ਸਮੇਤ ਮਹਾਂਦੀਪ ਦੇ ਬਾਹਰੀ ਸਿਆਸੀ ਪ੍ਰਭਾਵ ਰੱਖਣ ਵਾਲੇ ਕੁਝ ਅਫਰੀਕੀ ਦੇਸ਼ਾਂ ਦੇ ਵਿੱਚੋਂ ਇੱਕ ਨੇ ਵੀ ਰੂਸੀ ਫੌਜ ਦੀ ਕਾਰਵਾਈ ਦੀ ਨਿੰਦਾ ਨਹੀਂ ਕੀਤੀ ਹੈ ਸ਼ੀ ਜਿੰਗਪਿੰਗ ਨੇ ਆਖਰ ਕੀ ਕਿਹਾ ਚੀਨ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਇੱਕ ਭਾਸ਼ਣ ਦੌਰਾਨ ਰੂਸ ਉੱਤੇ ਅਮਰੀਕਾ ਅਤੇ ਯੂਰਪੀ ਸੰਘ ਦੀਆਂ ਪਾਬੰਦੀਆਂ ਤੇ ਕਟਾਕਸ਼ ਕਰਦੇ ਹੋਏ ਕਿਹਾ ਹੈ ਕਿ ਇਹ ਪਾਬੰਦੀਆਂ ਇੱਕ ਦੋਧਾਰੀ ਤਲਵਾਰ ਵਰਗੀਆਂ ਨੇ ਤੇ ਬ੍ਰਿਕਸ ਸੰਮੇਲਨ ਉਦੋਂ ਹੋ ਰਿਹਾ ਹੈ ਜਦੋਂ ਰੂਸੀ ਸੈਨਿਕ 24 ਫਰਵਰੀ ਤੋਂ ਬਾਅਦ ਲਗਾਤਾਰ ਯੂਕਰੇਨ ਉੱਤੇ ਹਮਲਾ ਕਰ ਰਹੇ ਨੇ ਰੂਸੀ ਹਮਲੇ ਦੇ ਵਿੱਚ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਨੇ ਇਸ ਦੇ ਨਾਲ ਹੀ ਉੱਥੋਂ ਦੀ ਭਾਰੀ ਗਿਣਤੀ ਦੇ ਵਿੱਚ ਲੋਕਾਈ ਨੇ ਹਿਜਰਤ ਕੀਤੀ ਹੈ ਚੀਨ ਅਤੇ ਭਾਰਤ ਦੇ ਰੂਸ ਨਾਲ ਸੰਬੰਧ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਗਪਿੰਗ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-24 ਜੂਨ ਨੂੰ ਵਰਚੁਅਲ ਤੌਰ ਤੇ ਹਿੱਸਾ ਲੈਣਗੇ ਤੇ ਚੀਨ ਅਤੇ ਭਾਰਤ ਦੇ ਸੰਬੰਧ ਰੂਸ ਦੇ ਨਾਲ ਵੀ ਵਧੀਆ ਨੇ ਯੂਕਰੇਨ ਦੇ ਵਿੱਚ ਜਾਰੀ ਜੰਗ ਦਰਮਿਆਨ ਚੀਨ ਅਤੇ ਭਾਰਤ ਦੋਵਾਂ ਨੇ ਰੂਸ ਤੋਂ ਕੱਚੇ ਤੇਲ ਦੇ ਆਯਾਤ ਵਿੱਚ ਵੀ ਵਾਧਾ ਕੀਤਾ ਹੈ ਤੇ ਇਸ ਨਾਲ ਪੱਛਮੀ ਦੇਸ਼ਾਂ ਤੋਂ ਰੂਸੀ ਊਰਜਾ ਦੀ ਖਰੀਦ ਨੂੰ ਘੱਟ ਕਰਨ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਨ ਦੇ ਵਿੱਚ ਵੀ ਖਾਸੀ ਮਦਦ ਮਿਲੀ ਹੈ ਉਧਰ ਰੂਸ ਦੇ ਖਿਲਾਫ ਪਾਬੰਦੀਆਂ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਇਸ ਤੇ ਚਰਚਾ ਕਰਨ ਲਈ G7 ਦੇਸ਼ਾਂ ਦੇ ਆਗੂ ਅਗਲੇ ਹਫ਼ਤੇ ਜਰਮਨੀ ਵਿੱਚ ਮਿਲਣਗੇ ਲੇਕਿਨ ਇਸ ਤੋਂ ਪਹਿਲਾਂ ਹੀ ਸ਼ੀ ਜਿੰਗਪਿੰਗ ਨੇ ਚੇਤਾਵਨੀ ਦੇ ਦਿੱਤੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ